ਮੇਰੇ ਵੱਲੋਂ ਸਭ ਪੈਣ ਪਾਈਆਂ ਨੂੰ ਸਲਾਮ ਹੋਵੇ ਜਾਗਤਾ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ ਅੱਜ ਫੇਰ ਤੁਹਾਡੇ ਕੋਲ ਹਾਜ਼ਰ ਹੋ ਆਵਾ ਤੇ ਬੜੇ ਦੁੱਖ ਨਾਲ ਤੇ ਦੁੱਖਾਂ ਦੀਆਂ ਗੱਲਾਂ ਦਾ ਬਲਕਿ ਦੁੱਖਾਂ ਦਾ ਪਹਾੜ ਲੈ ਕੇ ਤੁਹਾਡੇ ਕੋਲ ਆਏ ਆ ਮੈਂ ਅੱਜ ਸ਼ਹੀਨਾ ਦੇ ਸ਼ਹਿਰ ਸਰਗੋਦਾ 'ਚ ਮੁਜਾਹਿਦ ਕਲੂਨੀ 'ਚ ਜਿੱਥੇ ਜ਼ੁਲਮ ਦੀ ਦਾਸਤਾ ਰਕਮ ਕਰ ਦਿੱਤੀ ਗਈ ਜਿਦੇ ਵਿੱਚ ਸਾਡੇ ਭਾਈ ਨਜ਼ੀਰ ਮਸੀ ਜਿਨ੍ਹਾਂ ਨੂੰ ਉਹਨਾਂ ਦੇ ਨਿਕਨੇਮ ਲਾਜ਼ਰ ਨਾਮ ਤੋਂ ਪੁਕਾਰਿਆ ਜਾਂਦਾ ਸੀ ਅੱਜ ਮੈਂ ਉਹਨਾਂ ਦੇ ਘਰ ਔਰ ਉਹਨਾਂ ਦੇ ਉਸ ਕਮਰੇ 'ਚ ਜਿੱਥੇ ਉਹ ਆਪਣੀ ਜ਼ਿੰਦਗੀ ਬਸਰ ਕਰ ਰਹੇ ਸਨ ਤਾਂ ਉਹਨਾਂ ਦੇ بیٹے ਸੁਲਤਾਨ ਦੇ ਨਾਲ ਮੈਂ ਗੱਲਾਂ ਕਰ ਲਈ ਔਰ ਉਹਨਾਂ ਦੀ ਫੈਮਿਲੀ ਲਾਇਆ ਇਹ ਸਾਰੇ ਵਾਕਿਆ ਨੂੰ ਸਾਰੇ ਇਲਾਕੇ ਨੂੰ ਵੇਖਦੇ ਆਇਆ ਇੱਕ ਖੌਫ ਦੀ ਫਜ਼ਾ ਨੂੰ ਮੈਂ ਖੁਦ ਮਹਿਸੂਸ ਕੀਤਾ ਹੈ। ਔਰ ਮੈਂ ਅੱਜ ਜਿਹੜੀ ਗੱਲ ਲੈ ਕੇ ਆਇਆ ਵਾਂ ਉਹ ਗੱਲ ਨਾਹਾਇਤ ਦੁਖਾਲੀ ਹੈ। ਇਸ ਗੱਲ ਦੇ ਉੱਤੇ ਵਿਚਾਰ ਕਰਾਂਗੇ। ਕਿਉਂਕਿ ਇਸ ਘਰ ਦਾ ਬੋਰਡ ਜਿਹੜਾ ਸੀ ਉਹ ਡਿੱਗ ਪਿਆ। ਪਰਾਂਬਲਾਂ ਦੇ ਵਿੱਚ ਉਹਨਾਂ ਦੇ بیٹے ਮੌਜੂਦ ਨੇ। ਲੇਕਿਨ ਉਹਨਾਂ ਪ੍ਰੰਬਲਾਂ ਦੇ ਵਿੱਚ ਜਿਹੜਾ ਖੂਨ ਦੌੜਦਾ ਪਿਆ ਸੀ ਉਹ ਸੁੱਕ ਗਿਆ ਕਿਉਂ ਕਿਉਂਕਿ ਉਸ ਬੋਰ ਨੇ ਇਸ ਘਰ ਵਾਸਤੇ ਹਰ ਉਹ ਚੀਜ਼ ਮਿਹਨਤ ਮੁਸ਼ਕਲ ਕਰਕੇ ਪੈਦਾ ਕੀਤੀ ਲੇਕਿਨ ਅਸੀਂ ਜਿਨ੍ਹਾਂ ਦੇ ਵਿੱਚ ਵਸਨੇ ਆ ਜਿਨ੍ਹਾਂ ਨੇ ਸਾਨੂੰ ਪਾਕਿਸਤਾਨ ਬਣਨ ਦੇ ਵਿੱਚ ਬੜੀਆਂ ਤਸੱਲੀਆਂ ਦਿੱਤੀਆਂ ਆਓ ਤੁਸੀਂ ਸਾਡੇ ਨਾਲ ਰਲ ਕੇ ਪਾਕਿਸਤਾਨ ਬਣਾਓ ਅਸੀਂ ਤੁਹਾਨੂੰ ਹਰ ਤਰੀਕੇ ਦੇ ਨਾਲ ਪ੍ਰੋਟੈਕਸ਼ਨ ਦਵਾਂਗੇ ਲੇਕਿਨ ਪ੍ਰੋਟੈਕਸ਼ਨ ਦੇ ਨਾਤੇ ਬੜੀ ਦੂਰ ਦੀ ਗੱਲ ਏ ਅਸੀਂ ਇਹ ਵੇਖਨੇ ਆ ਕਿ ਪ੍ਰੋਟੈਕਸ਼ਨ ਕੀ ਜਿਹੜੇ ਸਾਡੇ ਨਾਲ ਬਹਿ ਕੇ ਸਾਨੂੰ ਕਹਿੰਦੇ ਨੇ ਜੀ ਅਸੀਂ ਬਹਿਨੇ ਆ ਰੋਟੀ ਵੀ ਖਾਣੇ ਆ ਉਹਨਾਂ ਨੇ ਉਹਨਾਂ ਰੋਟੀਆਂ ਦੇ ਨਾਲ ਕੰਡੇ ਤੇ ਉਹ ਤਮਾਮ ਹਥਿਆਰ ਇਸਤੇਮਾਲ ਕੀਤੇ ਜਿਨ੍ਹਾਂ ਦੇ ਨਾਲ ਸਿਰਫ ਸਾਡੇ ਦੇਲ ਹੀ ਛਲਣੀ ਨਹੀਂ ਹੋਏ ਬਲਕਿ ਸਾਡਾ ਭਰਾ ਨਜ਼ੀਰ ਮਸੀਨੂ ਸ਼ਹੀਦ ਕਰ ਦਿੱਤਾ ਗਿਆ ਅੱਜ ਮੈਂ ਇਹ ਗੱਲ ਕਰਨ ਲੱਗਾ ਸੁਲਤਾਨ ਦੇ ਨਾਲ ਸੁਲਤਾਨ ਭਾਈ ਤੁਸੀਂ ਇਸ ਗੱਲ ਨੂੰ ਆਪਣੀਆਂ ਅੱਖਾਂ ਨਾਲ ਵੀ ਵੇਖਿਆ ਔਰ ਜਦੋਂ ਤੁਸੀਂ ਇਥੋਂ ਤੁਹਾਡੇ ਨਾਲ ਇਹ ਜ਼ੁਲਮ ਬਰਪਾ ਹੋਇਆ ਅਸੀਂ ਔਰ ਪੂਰੀ ਮੁਸਲਮਾਨ ਉਮਾ ਵੀ ਇਸ ਗੱਲ ਨੂੰ ਜਾਣਦੀ ਹੈ ਕਿ ਬਹੁਤ ਸਾਰੇ ਝੂਠੇ ਇਲਜ਼ਾਮਾਤ ਲਗਾ ਕੇ ਇੱਕ ਨਹੀਂ ਹਜ਼ਾਰوں ਮਸੀਹਾਂ ਨੂੰ ਅੱਜ ਤੱਕ ਸ਼ਹੀਦ ਕਰ ਦਿੱਤਾ ਗਿਆ ਹੈ ਲੇਕਿਨ ਮੈਂ ਸਾਰੀਆਂ ਗੱਲਾਂ ਦੇ ਨਾਲ ਕਿ ਤੋ ਜਿਹੜਾ ਬੋਰਡ ਸੀ ਜਿਨ੍ਹਾਂ ਨੇ ਉਹ ਖੂਨ ਦੇ ਦੇ ਕੇ ਉਸ ਬੋਰਡ ਨੂੰ ਜਵਾਨ ਕੀਤਾ ਯਾਨੀ ਤੁਹਾਡੀ ਫੈਕਟਰੀ ਤੁਹਾਡਾ ਘਰ ਸਭ ਕੁਝ ਤਬਾਹ ਕਰ ਦਿੱਤਾ ਗਿਆ ਹੋਣ ਤੱਕ ਤੁਹਾਨੂੰ ਕੋਈ ਐਸੀ حکومت ਵੱਲੋਂ ਕੋਈ امداد ਜਾਂ ਉਹ ਨੁਕਸਾਨ ਦੀ ਤਲਾਫੀ ਹੋ ਸਕੀ ਹੈ ਜਾਂ ਨਹੀਂ ਜੀ ਨਹੀਂ ਸਾਨੂੰ ਕੋਈ ਕਾਫੀ ਨਹੀਂ ਹੋ ਸਕੀ حکومت ਕਹਿ ਰਹੀ ਹੈ ਕਿ ਪੁਲਿਸ ਵਗੈਰਾ ਵੀ ਕਹਿ ਰਹੇ ਨੇ ਕਿ ਅਸੀਂ ਕਰਾਂਗੇ ਲੇਕਿਨ ਅਜੇ ਫਿਲਹਾਲ ਨਹੀਂ ਹੋਈ ਹੈ ਅਸੀਂ ਜਾਣਿਆ ਕਿ ਬਾਹਰ ਤੇ ਚਲੋ ਜੋ ਵੀ ਪਹਿਰੇ ਲੱਗੇ ਨੇ ਪਰ ਜੋ ਵੀ ਹੋ ਰਿਹਾ ਹੈ ਜੀ ਅਸੀਂ ਉਹਦੇ ਤੇ ਗੌਰ ਕਰਨੇ ਪਿਆ ਮੈਂ ਆਂਦੇ ਵੇਖਿਆ ਚੌਕ ਤੋਂ ਲੈ ਕੇ ਇਥੋਂ ਤੱਕ ਕਰਕੇ ਪੈ ਰਹਿ ਗਏ ਸਭ ਕੁਝ ਨਜ਼ਰ ਆਉਂਦਾ ਪਿਆ ਹੈ ਲੇਕਿਨ ਇਹਨਾਂ ਪਿਆਰਿਆਂ ਦੇ ਵਿੱਚ ਵੀ ਜ਼ਿੰਦਗੀ ਕਠਨ ਦੇ ਨਾਲ ਗੁਜ਼ਰਦੀ ਪਈ ਹੈ ਸੁਲਤਾਨ ਭਾਈ ਨਾ ਤੇ ਤੁਸੀਂ ਅੰਦਰੋਂ ਬਾਹਰ ਜਾ ਸਕਦੇ ਜੇ ਤੇ ਨਾ ਕੋਈ ਬਾਹਰੋਂ ਅੰਦਰ ਤੁਹਾਡੇ ਕੋਲ ਆ ਸਕਦਾ ਤੇ ਇਹ ਸਾਰੇ ਵਕਤ ਚ ਤੁਸੀਂ ਜ਼ਿੰਦਗੀ ਕਿਸ ਤਰ੍ਹਾਂ ਬਸਰ ਕਰਦੇ ਪਏ ਹੋ ਜ਼ਿੰਦਗੀ ਤੇ ਸਰ ਅਸੀਂ ਬੜੀ ਕਟਨ ਗੁਜ਼ਾਰਨੇ ਪਏ ਆ ਕਿ ਕੋਈ ਜਦੋਂ ਦਾ ਪੰਜੀ ਮਈ ਦਾ ਵਾਕਿਆ ਹੋਇਆ ਹੋਵੇ ਉਸ ਤੋਂ ਬਾਅਦ ਸਾਡੀ ਜ਼ਿੰਦਗੀ ਜਿਹੜੀ ਹੈ ਬੜੀ ਮੁਸ਼ਕਲਾਂ ਚਾਹੀਏ ਪਰੇਸ਼ਾਨੀਆਂ ਚਾਹੀਏ ਤੇ ਦੁੱਖ ਦੀ ਘੜੀ ਸੀ ਹਰ ਟਾਈਮ ਅਸੀਂ ਰਹਨੇ ਆ ਨਾ ਸਾਨੂੰ ਦਿਨੇ ਸਕੂਨ ਹੈ ਨਾ ਸਾਨੂੰ ਰਾਤੀ ਸਕੂਨ ਹੈ ਕਿਉਂਕਿ ਸਾਡੇ ਵਾਲਦਾ ਸਾਹਿਬ ਵੀ ਚਲੇ ਗਏ ਨੇ ਤੇ ਉਸ ਤੋਂ ਬਾਅਦ ਇਸ ਕੰਮ ਦੇ ਨਾਲ ਸਾਡੀ والدہ ਸਾਹਿਬ ਵੀ ਜਾ ਬਸੇ ਨੇ ਤੇ ਬਾਕੀ ਹੁਣ ਜਿਹੜੇ ਸਾਡੇ ਕਾਰੋਬਾਰ ਨੇ ਉਹ ਵੀ ਖਤਮ ਹੋਏ ਪਏ ਨੇ ਤੇ ਬਸ ਐਸਾ ਹੀ ਅਸੀਂ ਗੁਜ਼ਰ ਬਸਰ ਕਰਨੇ ਪਏ ਆ ਅਜ਼ੀਜ਼ੋਕਾਰ ਨੇ ਜਾਂ ਜੂੜ ਸੜੇ ਸੜਨ ਨੂੰ ਮੁਹੱਬਤ ਰੱਖਦੇ ਨੇ ਕੋਈ ਥਰਡ ਪਾਰਟੀ ਸਾਡੀ ਸਪੋਰਟ ਕਰਦੇ ਪਏ ਨੇ ਤੇ ਬਾਕੀ ਹਕੂਮਤ ਵੱਲੋਂ ਸਾਨੂੰ ਕੋਈ ਸਪੋਰਟ ਨਹੀਂ ਆ मेरी आर्मी चीफ साहब ना भी गुजारिश है, है कि आर्मी चीफ साहब जो सा जुलम होम अस ये चाहते हैं कि जिन्होंने साहना जुलम किया है उन्होंने कड़ी तो कड़ी सजा मिलनी चाहिए है वजीर आजम भी साड़ी रिक्वेस्ट है, है कि साड़ी जे जुलम हो कि जुल्म की सजा मैं उन्होंने मिलनी चाहिए तो वजीरे आला साहब नुजारिश है जो भी जितने भी आला अफसरान ने कि उन्होंने को रिक्वैसट करना कि जो सा जुलम तस्तम हो ਕਿ ਸਾਨੂੰ ਇਨਸਾਫ ਦਿੱਤਾ ਜਾਏ ਤੇ ਬਾਕੀ ਸਾਡੀ ਜਿਹੜੀ ਗਵਰਨਮੈਂਟ ਹੈ ਉਹ ਸਾਡੀ ਮਦਦ ਕਰੇ ਕਿਉਂਕਿ ਸਾਡੇ ਕਾਰੋਬਾਰ ਤੇ ਬਿਲਕੁਲ ਤਬਾਹ ਹੋ ਚੁੱਕੇ ਨੇ ਤੇ ਇਸ ਰਿਕਵੈਸਟ ਹੈ ਮੇਰੀ ਕਿ ਸਾਡੀ ਮਦਦ ਕੀਤੀ ਜਾਵੇ ਮੈਂ ਜੋ ਕੁਝ ਹੁਣ ਤੱਕ ਵੇਖਿਆ ਹੈ ਤੁਹਾਡਾ ਬਹੁਤ ਸਾਰਾ ਨੁਕਸਾਨ ਜਿਸ ਤਰ੍ਹਾਂ ਮੈਂ ਪਹਿਲੇ ਲਫ਼ਜ਼ ਇਸਤੇਮਾਲ ਕੀਤਾ ਕਿ ਉਸ ਬੋਰਡ ਨੇ ਇਸ ਪੂਰੇ ਫੈਮਿਲੀ ਨੂੰ ਆਪਣਾ ਖੂਨ ਦੇ ਕੇ ਫੈਕਟਰੀ ਨੂੰ ਘਰ ਨੂੰ ਬੜੇ ਛੇ ਤਰੀਕੇ ਨਾਲ ਮੈਨੇਜ ਕੀਤਾ ਹੋਇਆ ਸੀ ਅੱਜ ਅਸੀਂ ਵੇਖਿਆ ਤੁਹਾਡਾ ਬਹੁਤ ਸਾਰਾ ਨੁਕਸਾਨ ਹੋਇਆ ਹੈ ਤੇ ਕੀ ਮੈਂ ਤੁਹਾਡੇ ਕੋਲੋਂ ਇਹ ਪੁੱਛ ਸਕਨਾ ਕਿ ਹੁਣ ਤੱਕ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਚੁਕਾ ਹੈ ਮੇਰਾ ਨੁਕਸਾਨ ਜਿਹੜਾ ਹੈ ਜੀ ਸ਼ੂਜ਼ ਫੈਕਟਰੀ ਦਾ ਉਹ 450 ਲੱਖ ਦਾ ਉਹ ਨੁਕਸਾਨ ਹੋਇਆ ਹੈ ਤੇ ਬਾਕੀ 450 ਲੱਖ ਦਾ ਮੇਰੇ ਘਰ ਦਾ ਨੁਕਸਾਨ ਹੋਇਆ ਹੈ ਤੇ ਬਾਕੀ ਨਾਲ ਮੇਰੇ ਭਾਈ ਰਹਿੰਦੇ ਨੇ ਉਹਨਾਂ ਦੇ ਘਰ ਦਾ ਵੀ ਜਿਹੜਾ ਤਕਰੀਬਨ 50 ਤੋਂ 60 ਲੱਖ ਰੁਪਏ ਨੁਕਸਾਨ ਹੋਇਆ ਹੈ ਇਹ ਜੇ ਤਮਾਮ ਮੇਰੇ ਜਿੱਥੋਂ ਤੱਕ ਤੁਸੀਂ ਸਮਝਦੇ ਹੋ ਜਾਨੀ ਕਿ ਤਕਰੀਬਨ ਕੋ ਡੇਢ ਤੋਂ ਡੇਢ ਕੋ ਕਰੋੜ ਰੁਪਏ ਹੋ ਡੇਢ ਕੋ ਕਰੋੜ ਰੁਪਏ ਦਾ ਨੁਕਸਾਨ ਹੋਇਆ ਸਾਡਾ ਤੇ ਕੀ ਸੁਲਤਾਨ ਭਾਈ ਤੁਹਾਨੂੰ ਹੋਂ ਤੱਕ ਕਿਸੇ ਵੀ ਕੋਈ ਐਨ ਜੀਓਜ਼ ਜਾਂ ਜਿਨੇਵੀ ਚੈਨਲਸ ਆਏ ਉਹਨੇ ਕੋਈ ਤਸੱਲੀ ਦਿੱਤੀ ਹੋਵੇ ਜਾਂ ਕੋਈ ਫੰਡ ਦਿੱਤਾ ਹੋਵੇ ਨਹੀਂ ਆਏ ਨੇ ਚੈਨਲ ਤੇ ਬਹੁਤ ਆਏ ਨੇ ਵੱਡੇ ਚੈਨਲ ਵੀ ਆਏ ਨੇ ਜਿੱਦੋਂ ਅਸੀਂ ਘਰ 'ਚ ਨਹੀਂ ਸਾਂ ਮੌਜੂਦ ਹਾਂ ਕਿ ਜਿੱਦੋਂ ਮੈਂ ਆਪਣੇ ਵਾਲਦ ਸਾਬ ਨਾਲ ਹਸਪੀਟਲ ਸਾਂ ਤੇ ਫੈਮਲੀ ਮੇਰੀ ਜਿਹੜੀ ਸੀ ਉਹ ਪੁਲਿਸੀ ਪ੍ਰੋਡਕਸ਼ਨ ਜੇ ਸੀ ਉਸ ਟਾਈਮ ਕਾਫੀ ਵੱਡੇ ਚੈਨਲ ਆਂਦੇ ਰਹੇ ਨੇ ਤੇ ਦੁਆ ਕਰਕੇ ਗਏ ਨੇ ਇੰਟਰਵਿਊ ਲੈ ਗਏ ਨੇ ਲੇਕਿਨ ਸਪੋਰਟ ਜਿਹੜੀ ਹੈ ਨਾ ਮੇਰੀ ਉਹਨਾਂ ਨੇ ਕੋਈ ਨਹੀਂ ਕੀਤੀ ਹੈਗੀ ਅਜਿਹਾ ਕਿ ਕਾਫੀ ਖਵਾਵਾਂ ਨੇ ਤੇ ਲੋਕ ਕਹਿੰਦੇ ਨੇ ਜੀ ਉਹ ਇਹਨਾਂ ਨੇ ਲੱਖ ਦੇ ਗਏ ਨੇ ਕੋਈ ਕਹਿੰਦਾ ਜੀ 10 ਲੱਖ ਦੇ ਗਏ ਤੇ ਕੋਈ ਕਹਿੰਦਾ ਜੀ 20 ਲੱਖ ਦੀ ਸਪੋਰਟ ਕਰ ਗਏ ਨੇ ਤੇ ਮੈਂ ਇਹ ਰਿਕੁਐਸਟ ਕਰਨਾ ਵਾਂ ਕਿ ਖੁਦਾਇਆ ਕੇ ਅਸੀਂ ਤਾਂ ਗਏ ਬਹੁਤ ਪਰੇਸ਼ਾਨ ਆ ਕਿ ਸਾਨੂੰ ਇਸ ਤਰ੍ਹਾਂ ਬਦਨਾਮ ਨਾਮ ਕੀਤਾ ਜਾਏ ਸ਼ੁਕਰੀਆ ਮੇਰੇ ਅਜ਼ੀਜ਼ੋ ਤੁਸੀਂ ਸਾਰੀ ਗੱਲ ਸੁਣੀ ਹੈ ਤੇ ਮੈਂ ਹਕੂਮਤ ਦੇ ਵਕਤ ਅੱਗੇ ਔਰ तमाम ਆਪਣੇ ਲੋਕਾਂ ਦੇ ਅੱਗੇ ਅਪੀਲ ਕਰਨਾ ਵਾ ਕਿ ਉਹ ਪਾਈ ਸੁਲਤਾਨ ਔਰ ਉਹਨਾਂ ਦੀ ਫੈਮਲੀ ਔਰ ਉਹਨਾਂ ਦੀ तमाम ਅਜ਼ੀਜ਼ ਕਾਰਿਬ ਜੀਨਾਂ ਦਾ ਇੰਤਹਾ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ ਇਹਦੇ ਵਿੱਚ ਆਪਣਾ ਹੱਥ ਬਟਾਓ ਤਾਂ ਕਿ ਜਿਹੜਾ ਅਰਸ਼ ਤੇ ਫਰਸ਼ ਤੇ ਆ ਗਿਆ ਅਸੀਂ ਸਾਰੇ ਮਿਲ ਕੇ ਉਹਨੂੰ ਡਿਵੈਲਪ ਕਰ ਸਕੀਏ ਖੁਦਾਮਦੀ ਸੁਤਾਨ ਸਭ ਨੂੰ ਬਰਕਤ ਦੇਵੇ